सत श्री अकाल जी, एनटीएल सिनेमा देख रहे सारे दर्शकों का निघा स्वागत है। तुम देख रहे हो एनटीएल सिनेमा और मेरे नाल अज एक बहुत ही खास टीम है। बहुत खास इसलिए कि कल तुम एक ट्रेलर देखे होना साढ़े चैनल के उत्ते जिसका नाम से क्रिमिनल। क्रिमिनल साढ़े नाल बैठे हैं कुछ क्रिमिनल्स। भाजी सत श्री अकाल जी, की हाल है? सत श्री अकाल जी, सारे दर्शकों को सत श्री अकाल। तो भाजी थोड़े तो शुरू करते हैं। संजीव कलेर थोड़ा नाम है जी। हाँ जी। फिल्म के विच की रोल है तुम्हारा? ਅਜੀ ਨਾਮ ਫਿਲਮ ਦਾ ਕ੍ਰਿਮੀਨਲ। ਕਿੱਥੋਂ ਆਉਂਦੇ ਹੋ ਤੁਸੀਂ ਵੈਸੇ, ਕਿੱਥੋਂ ਬਿਲੋਂਗ ਕਰਦੇ ਹੋ ਤੁਸੀਂ? ਮੈਂ ਨਵਾਂਸ਼ਹਿਰ ਤੋਂ। ਨਵਾਂਸ਼ਹਿਰ ਤੋਂ? ਹਾਂਜੀ। ਕ੍ਰਿਮੀਨਲ ਤੁਹਾਡਾ ਜਿਹੜਾ ਟੈਸਟ ਹੋਇਆ ਸੀਗਾ, ਤੁਹਾਡੇ ਲੁਕਸ ਦੇ ਕਰਕੇ ਹੋਇਆ ਜਾਂ ਤੁਹਾਨੂੰ ਕਿਸੇ ਨੇ ਕਿਹਾ, ਜਾਂ ਤੁਸੀਂ ਥੀਏਟਰ ਆਰਟਿਸਟ ਹੋ, ਕੀ ਕਰਦੇ ਹੋ ਤੁਸੀਂ ਜੋ ਤੁਸੀਂ ਇਸ ਫਿਲਮ ਦੇ ਵਿੱਚ ਇੱਕ ਕ੍ਰਿਮੀਨਲ ਦੀ ਭੂਮਿਕਾ ਨਿਭਾ ਰਹੇ ਹੋ? ਮੈਂ ਅੰਬਲ ਮੋਸ਼ਨ ਪਿਕਚਰ ਨਾਲ ਪਹਿਲਾਂ ਵੀ ਕੰਮ ਕੀਤਾ। ਹਾਂਜੀ, ਪਹਿਲਾਂ ਕੰਮ ਕਰ ਚੁੱਕਾ ਮੈਂ। ਠੀਕ ਹੈ। ਇਸ ਕਰਕੇ ਮੈਂ ਮੈਨੂੰ ਅਪਰੋਚ ਕੀਤਾ। ਠੀਕ ਹੈ। ਹਾਂਜੀ। ਅੱਛਾ, ਕਿਸੇ ਕ੍ਰਿਮੀਨਲ ਦਾ ਵਿਆਹ ਪਿਆ ਕਿਤੇ ਲਾਈਫ 'ਚ? ਬਹੁਤ ਬਹੁਤ। ਅੱਛਾ, ਉਸ ਬੈਲਟ ਦੇ ਵਿੱਚ? ਹਾਂਜੀ। ਕਿੱਦਾਂ ਵਿਆਹ ਪਿਆ? ਆਪਣੇ ਚਾਰੋਂ ਪਾਸੇ ਹੈਗੇ ਨੇ ਕ੍ਰਿਮੀਨਲਸ ਵੀ ਹੈਗੇ ਨੇ, ਪੋਜ਼ਿਟਿਵ ਬੰਦੇ ਵੀ ਨੇ, ਹਰ ਤਰ੍ਹਾਂ ਦੇ ਬੰਦੇ ਨੇ। ਪੋਜ਼ਿਟਿਵ ਨੈਗੇਟਿਵ ਹੁੰਦੇ ਆ ਸਾਰੇ। ਕਦੇ ਥੀਏਟਰ ਕੀਤਾ? ਨਹੀਂ, ਥੀਏਟਰ ਨਹੀਂ ਕੀਤਾ। ਅਤੇ ਥੀਏਟਰ ਤੋਂ ਇਲਾਵਾ ਵੀ ਤੁਸੀਂ ਜੇ ਜੇ ਲੁੱਕ ਰੱਖਦੇ ਸੀ, ਤੁਹਾਡੀ ਐਂ ਲੱਗਦਾ ਸੀ ਤੁਹਾਨੂੰ ਕਿ ਯਾਰ ਫਿਲਮਾਂ 'ਚ ਵੀ ਇੱਦਾਂ ਦੀ ਰੁੱਖ ਮੈਨੂੰ ਥੋੜ੍ਹਾ ਐਡਵਾਂਸ ਦੇਗੀ ਤੁਹਾਨੂੰ ਕੰਮ ਦੇ? ਐਕਚੁਅਲੀ ਮੈਂ ਬਹੁਤ ਛੋਟਾ ਸੀਗਾ ਉਦੋਂ, ਮੈਂ ਫਿਲਮ ਵੇਖੀ ਸੀਗੀ ਜੱਟ ਜਵਾਨ ਮੌਰ ਗੁਰੂ ਦੇ ਭਾਈ। ਹਾਂਜੀ ਹਾਂਜੀ। ਅਤੇ ਉਹ ਬਸ ਉਸ ਚੀਜ਼ ਦਾ ਇੰਨਾ ਕੁ ਜ਼ਿਆਦਾ ਪ੍ਰਭਾਵ ਪਿਆ, ਮੈਂ ਉਦੋਂ ਵੀ ਚਾਦਰੇ ਕੁੜਤੇ ਲਾਉਣ ਲੱਗ ਗਿਆ ਸੀ। ਅੱਛਾ ਜੀ। ਹਾਂਜੀ, ਅਤੇ ਮੈਨੂੰ ਪਤਾ ਨਹੀਂ ਸੀਗਾ ਵੀ ਮੇਰਾ ਸ਼ੌਂਕ ਮੈਨੂੰ ਇੱਧਰ ਲੈ ਆਊਗਾ। ਤੁਹਾਨੂੰ ਕਿਸੇ ਨੇ ਦੱਸਿਆ ਹੋਣਾ ਯਾਰ ਖੌਫ ਖਾਂਦੇ ਤੁਹਾਡੇ ਤੋਂ ਲੋਕ, ਤੁਹਾਡੀ ਲੁੱਕ ਦੇਖ ਕੇ ਥੋੜ੍ਹਾ ਜਿਹਾ? ਉਹ ਸਾਰੇ ਕਹਿੰਦੇ ਜੀ। ਹੈ ਨਾ? ਹਾਂਜੀ, ਸਾਰੇ ਕਹਿੰਦੇ ਆ। ਅਤੇ ਅੱਜ ਵੀ ਤੁਸੀਂ ਥੋੜ੍ਹਾ ਜਿਹਾ ਖੌਫ ਕਰਨ ਦੀ ਕੋਸ਼ਿਸ਼ ਕਰ ਰਹੇ? ਨਹੀਂ, ਬਿਲਕੁਲ ਨਹੀਂ। ਅੱਛਾ, ਬਿਲਕੁਲ ਅੱਜ ਨਹੀਂ। ਅਤੇ ਕੱਲ੍ਹ ਕੀ ਉਮੀਦ ਹੈ ਤੁਹਾਨੂੰ, ਕਿੱਦਾਂ ਰਹੇਗਾ? ਬਹੁਤ ਉਮੀਦ ਹੈ। ਅਧੂਰੀ ਰਹਿੰਦੀ ਹੈ ਅੱਜ ਕੱਲ, ਕਿਉਂ ਉਹਨਾਂ ਨੂੰ ਸ਼ੌਂਕ ਹੁੰਦਾ ਵੱਡੀ ਵੱਡੀ ਚੀਜ਼ਾਂ ਦਾ, ਵੱਡੇ ਗੈਜਟਸ ਦਾ। ਸੋ ਭਾਈ ਤੁਸੀਂ ਆਪਣੇ ਨੂੰ ਇੰਟਰੋਡਿਊਸ ਕਰਾਓ ਸਾਡੇ ਦਰਸ਼ਕਾਂ ਨਾਲ, ਕਿਉਂਕਿ ਤੁਹਾਡੀ ਪਹਿਲੀ ਫਿਲਮ ਹੈ। ਮੇਰੀ ਐਜ਼ ਐਨ ਡੈਬਿਊ ਥੀਏਟਰ 'ਤੇ ਪਹਿਲੀ ਰਿਲੀਜ਼ ਹੈ ਜੀ। ਅਤੇ ਇਹ ਤੋਂ ਪਹਿਲਾਂ ਮੈਂ ਦੋ ਫਿਲਮਾਂ ਕਰ ਚੁੱਕਿਆ, ਜ਼ਿਲ੍ਹਾ ਸੰਗਰੂਰ ਅਤੇ ਪੰਛੀ, ਦੋਨੇ ਹੰਬਲ ਪਿਕਚਰ ਦੇ ਨਾਲ। ਅਤੇ ਤਾਂ ਹੀ ਉਹਨਾਂ ਨੂੰ ਸ਼ਾਇਦ ਐਕਟ ਵਧੀਆ ਲੱਗਿਆ, ਤਾਂ ਕਰਕੇ ਕੇ ਪੀ ਸਰ ਨੇ ਹੁਣ ਮੈਨੂੰ ਇਹ ਕ੍ਰਿਮੀਨਲ 'ਚ ਐਡਾ ਵੱਡਾ ਪਲੈਟਫਾਰਮ ਦਿੱਤਾ ਹੈ। ਅਤੇ ਬਸ, ਅਤੇ ਮੈਂ ਇਹ ਤੋਂ ਪਹਿਲਾਂ ਥੀਏਟਰ ਵੀ ਕੀਤਾ ਹੈਗਾ। ਰਿਸ਼ਭ, ਥੋੜ੍ਹਾ ਦੱਸੋ ਆਪਣੇ ਬਾਰੇ, ਕਿੱਥੋਂ ਆਉਂਦੇ ਹੋ ਤੁਸੀਂ? ਮੈਂ ਬੇਸਿਕਲੀ ਬਿਲੋਂਗ ਕਰਦਾ ਹਰਿਆਣਾ ਦੇ ਪੰਜਾਬ ਦਾ ਬਾਰਡਰ ਹੈ ਜੱਖ। ਜਾਖੜ ਪਿੰਡ? ਜਾਖਲ, ਜਿੱਥੇ ਦੇ ਜਾਖੜ ਸਾਹਿਬ ਵੀ ਹੈ। ਜਾਖਲ, ਜਾਖਲ, ਜਾਖਲ। ਅੱਛਾ, ਜਾਖਲ ਪਿੰਡ? ਹਾਂ, ਜਾਖਲ ਪਿੰਡ ਹੈ। ਇੱਕ ਸਾਈਡ ਸਾਡੇ ਪਟਿਆਲੇ ਹੈ, ਇੱਕ ਸਾਈਡ ਸੰਗਰੂਰ ਹੈ। ਮਤਲਬ ਤੁਸੀਂ ਬਾਰਡਰ ਦੇ ਉੱਤੇ ਪੰਜਾਬ ਪੰਜਾਬੀ ਹੋਏ? ਹਾਂ, ਪੰਜਾਬੀ। ਉੱਥੇ ਮੇਰੀ ਸਾਰੀ ਪੜ੍ਹਾਈ ਜ਼ਿਆਦਾਤਰ ਪੰਜਾਬੀ ਹੁੰਦੀ। ਠੀਕ ਹੈ। ਅਤੇ ਚੰਡੀਗੜ੍ਹ ਮੈਂ ਥੀਏਟਰ ਕੀਤਾ ਕਾਫੀ ਟਾਈਮ। ਐਂਡ ਬਾਕੀ ਫਿਲਮ ਦੇ ਵਿੱਚ ਰੋਲ ਕੀ ਹੈ ਤੁਹਾਡਾ? ਕ੍ਰਿਮੀਨਲ। ਕ੍ਰਿਮੀਨਲ ਹੀ ਹੈ? ਬਿਲਕੁਲ, ਤਿੰਨੇ ਅਸੀਂ ਕ੍ਰਿਮੀਨਲ। ਨਹੀਂ, ਅਗਰ ਤੁਸੀਂ ਲੱਗਦੇ ਨਹੀਂ ਹੋ ਰਿਸ਼ਭ, ਬਿਲਕੁਲ ਵੀ ਨਹੀਂ ਲੱਗਦੇ ਤੁਸੀਂ ਕ੍ਰਿਮੀਨਲ। ਇਹੀ ਤਾਂ ਫਿਲਮ ਦੀ ਖਾਸੀਅਤ ਹੈ ਕਿ ਵੀ ਇੰਨੇ ਅੱਡ ਅੱਡ ਸ਼ੇਡ ਦੇ ਬੰਦੇ ਨੇ, ਸਾਡੀ ਅਗਰ ਜ਼ਿੰਦਗੀ ਚ ਦੇਖੀਏ ਨਾ, ਇਹ ਬੜਾ ਸਟੀਰੀਓਟਾਈਪ ਹੈ ਕਿ ਕ੍ਰਿਮੀਨਲ ਹੈ ਤਾਂ ਉਹ ਮਤਲਬ ਉਹ ਰੋਕ ਨਾਲ ਹੀ ਬੋਲੂਗਾ, ਜ਼ਰੂਰੀ ਨਹੀਂ ਹੈ। ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜਿਹੜੇ ਬਹੁਤ ਪਿਆਰ ਨਾਲ ਗੱਲ ਕਰਦੇ ਆ, ਤਹਿਜ਼ੀਬ ਨਾਲ ਗੱਲ ਕਰਦੇ ਆ। ਉਹ ਸਟੀਰੀਓਟਾਈਪ ਸੋਚ ਹੈ ਕਿ ਉਹ ਐਵੇਂ ਹੀ ਗੱਲ ਕਰੂਗਾ, ਉੱਚੀ ਆਵਾਜ਼ ਨਾਲ ਹੀ ਗੱਲ ਕਰੂਗਾ, ਥੋੜਾ ਜਿਹਾ ਉਹਨਾਂ ਦਾ ਰੌਬ ਹੀ ਅਲੱਗ ਤਰੀਕੇ। ਹਾਂ, ਉਹਨਾਂ ਦਾ ਰੋਲ ਹੋਊਗਾ ਜਿਹੜਾ ਸੰਜੀਵ ਭਾਜੀ ਦਾ ਥੋੜਾ ਜਿਹਾ ਇੱਕ ਅਲੱਗ ਤਾਂ ਰੁਤਬਾ ਇੱਕ। ਹਾਂ, ਉਹ ਦੇਖੇ ਉਹ ਸਟੀਰੀਓ ਹੈ, ਉਹ ਮਤਲਬ ਕਿਸੇ ਇੱਕ ਜਣੇ ਦੀ ਨਹੀਂ, ਉਹ ਲੋਕਾਂ ਦੀ ਬਣੀ ਹੋਈ ਹੈ ਵੀ ਉਹਨਾਂ ਦੀ ਵਿਲਿਸ਼ ਹੀ ਲੁੱਕ ਹੈ। ਨਹੀਂ ਮਤਲਬ ਨਿੱਜੀ ਜ਼ਿੰਦਗੀ ਚ ਪੁੱਛੋ ਉਹਨਾਂ ਨੂੰ, ਉਹਨਾਂ ਦੀ ਬੇਟੀ ਵੀ ਹੈ। ਅੱਛਾ, ਉਹ ਗੱਲ ਹੁੰਦੀ ਹੈ ਮਤਲਬ। ਅੱਛਾ, ਇਹ ਦਰਸ਼ਕਾਂ ਨੂੰ ਇੰਟਰੋਡਿਊਸ ਕਰਾ ਦਈਏ, ਗੁਰਨਰ। ਹਾਏ ਹਾਏ। ਇਹਨਾਂ ਨੇ ਤਾਂ ਦੱਸਤਾ ਕੀਤੀ ਭਾਜੀ ਨੂੰ ਪੁਰਾਣਾ ਕੰਮ ਚੰਗਾ ਲੱਗਿਆ ਤੇ ਇਹ ਆ ਗਏ ਫਿਲਮ ਚ, ਤੁਸੀਂ ਕਿਸ ਤਰ੍ਹਾਂ ਭੈੜ ਪੁੱਟਿਆ? ਮੈਂ ਬੇਸਿਕਲੀ ਥੀਏਟਰ ਕਰਦਾ ਰਿਹਾ ਜੀ। ਮੈਂ ਪਹਿਲਾਂ ਪੰਜਾਬ ਚ ਥੀਏਟਰ ਕੀਤਾ ਜੀ, ਫਿਰ ਮੈਂ ਦਿੱਲੀ ਵੀ ਥੀਏਟਰ ਕੀਤਾ। ਠੀਕ ਹੈ।
ਫਿਰ ਮੈਂ ਦਿੱਲੀ ਅਸਰਾਨੀ ਜੀ ਨਾਲ ਵੀ ਥੀਏਟਰ ਕੀਤਾ। ਅੱਛਾ ਹਾਂਜੀ, ਉਹਨਾਂ ਨਾਲ ਮੱਖੀ ਜੋ ਸਾਡਾ ਪਲੇਅ ਹੁਣ ਵੀ ਚੱਲਦਾ, ਕਦੇ ਕਦੇ ਅਸੀਂ ਸ਼ੋਅਜ਼ ਕਰਦੇ ਉਹਦੇ। ਫਿਰ ਮੈਂ ਮੁੰਬਈ ਯੂਨੀਵਰਸਿਟੀ ਤੋਂ ਥੀਏਟਰ ਦੇ ਵਿੱਚ ਮਾਸਟਰਸ ਵੀ ਕੀਤੀ। ਓਕੇ, ਸੋ ਉਸ ਤੋਂ ਬਾਅਦ ਫਿਰ ਮੇਰਾ ਜਿਹੜਾ ਕੈਮਰੇ ਦਾ ਫਸਟ ਕੰਮ ਸੀ ਉਹ ਪਟਾਰਾ ਚੈਨਲ 'ਤੇ ਦਿਸ਼ਾ ਦੀ ਵੈਡਿੰਗ ਸੀਰੀਜ਼ ਆਈ ਸੀ, ਉਹ ਕੀਤੀ ਹੈ। ਫਿਰ ਉਸ ਤੋਂ ਬਾਅਦ ਦੇ ਵਿੱਚ ਮੈਂ ਸਨਫਲਾਵਰ ਕੀਤੀ ਸੁਨੀਲ ਗਰੋਵਰ, ਮੈਨੇ ਚਾਈਨੀਜ਼ ਡਿਲੀਵਰੀ ਬੋਆਏ ਦਾ ਕੈਰੈਕਟਰ ਕੀਤਾ ਉਹਦੇ ਵਿੱਚ। ਗੱਲ ਕੀਤੀ ਡਾਇਰੈਕਟਰ ਨਾਲ, ਗੱਲ ਕਰਕੇ ਹੀ ਸਮਝ ਜਾਂਦੇ ਨੇ। ਤਾਂ ਮੈਨੂੰ ਉਹਨਾਂ ਨਾਲ ਇੰਟਰੋਡਿਊਸ ਕਰਵਾਉਣ ਵਾਲੇ ਜੀਤ ਪੰਗੂ ਤੇ ਧੀਰਜ ਕੁਮਾਰ ਮੇਰਾ ਬਿਲਕੁਲ ਉਹਨਾਂ ਦੇ ਥਰੂ ਹੀ ਮੈਂ ਹੰਬਲ ਨਾਲ ਜੁੜਿਆ। ਥੈਂਕਸ ਟੂ ਵੀਪੀ ਗਰੇਵਾਲ ਸਰ ਐਂਡ ਆਲ ਹੰਬਲ ਟੀਮ। ਮੈਂ ਇੱਕ ਗੱਲ ਤੁਹਾਨੂੰ ਪੁੱਛਣੀ ਹੈ, ਤੁਹਾਡੀ ਕੁਆਲੀਫਿਕੇਸ਼ਨ ਵੀ ਆਉਂਦੀ ਹੈ ਥੀਏਟਰ ਬੈਕਗ੍ਰਾਉਂਡ ਦੀ। ਹਾਂਜੀ, ਤਾਂ ਜਿਹੜੇ ਨਵੇਂ ਸਾਡੇ ਆਰਟਿਸਟ ਆ ਰਹੇ, ਇੰਬਡਿੰਗ ਆਰਟਿਸਟ ਆ ਰਹੇ, ਕੀ ਉਹਨਾਂ ਨਾਲ ਜ਼ਰੂਰੀ ਹੈ ਕਿ ਕੋਈ ਕੁਆਲੀਫਿਕੇਸ਼ਨ ਹੋਵੇ ਉਹਨਾਂ ਕੋਲ ਇਹਨਾਂ ਦੀ? ਇਹ ਸਿਰਫ ਤੁਸੀਂ ਆਨਸਰ ਦਿਓ, ਉਹਨਾਂ ਦਾ ਕੋਈ ਹੈਲਪ ਕਰਦੀ ਹੈ ਜਿਹੜੀ ਕੁਆਲੀਫਿਕੇਸ਼ਨ ਪੜ੍ਹਾਈ ਬਹੁਤ ਥੀਏਟਰ ਦੀ? ਹਾਂਜੀ, ਕਿਸ ਪੜ੍ਹਨਾ ਮੈਨੂੰ ਲੱਗਦਾ ਪੜ੍ਹਨਾ ਬਹੁਤ ਜ਼ਰੂਰੀ ਹੈ। ਨਹੀਂ, ਥੀਏਟਰ ਦੇ ਵਿੱਚ ਇੱਦਾਂ ਵੀ ਤੁਸੀਂ ਜਿੰਨਾ ਜ਼ਿਆਦਾ ਪੜ੍ਹੋਗੇ, ਮੈਨੂੰ ਲੱਗਦਾ ਪੜ੍ਹਨ ਨਾਲ ਇਮੈਜੀਨੇਸ਼ਨ ਆਉਂਦੀ ਹੈ, ਇਮੈਜਿਨ ਕਰਦੇ ਹੋ ਤੁਸੀਂ, ਜਿੰਨਾ ਜ਼ਿਆਦਾ ਤੁਸੀਂ ਪੜ੍ਹੋਗੇ ਤੁਸੀਂ, ਹਾਂ ਤੁਸੀਂ ਲੋਕਾਂ ਨੂੰ ਵੀ ਪੜ੍ਹਨਾ ਪੈਂਦਾ ਤੁਹਾਨੂੰ, ਲੋਕਾਂ ਨੂੰ ਵੀ ਪੜ੍ਹੋ, ਤੁਸੀਂ ਬੁੱਕਸ ਵੀ ਪੜ੍ਹੋ, ਜਦੋਂ ਤੁਸੀਂ ਬੁੱਕਸ ਪੜ੍ਹਦੇ ਹੋ ਤਾਂ ਤੁਸੀਂ ਇਮੈਜਿਨ ਕਰਦੇ ਹੋ, ਸਕ੍ਰਿਪਟ ਪੜ੍ਹਦੇ ਤੁਸੀਂ ਇਮੈਜਿਨ ਕਰਦੇ ਹੋ, ਬਿਲਕੁਲ ਤੁਸੀਂ ਪਰਫਾਰਮ ਕਰਦੇ ਹੋ। ਕੋਈ ਆਪਣੀ ਪੂਰੀ ਡਿਗਰੀ ਥੀਏਟਰ ਚ ਟ੍ਰੇਨਿੰਗ ਪੂਰੀ ਕਰਕੇ ਆ ਰਿਹਾ, ਕਿਉਂਕਿ ਐਕਟਰ ਅੱਜ ਦੇ ਟਾਈਮ ਚ ਕ੍ਰਾਫਟਡ ਆ ਗਏ, ਕ੍ਰਾਫਟ ਦਾ ਨੌਲੇਜ ਹੈ। ਪਰ ਪਿੱਛੇ ਜਿਹੜੇ ਸਾਡੇ ਵੈਟਰਨ ਐਕਟਰ ਸੀ, ਗੂਗਲ ਸਾਹਿਬ ਦਾ ਨਾਮ ਲਿਆ ਉਹਨਾਂ ਨੇ, ਜਿਹੜੇ ਜੋਗਰਸਰ ਹੈ ਜਾਂ ਕੋਈ ਏਦਾਂ ਦੇ ਐਕਟਰ ਹੈ ਜਿਹੜਾ ਹੰਗਾਰਾ ਯਾਰ ਇਕੱਲਾ ਹੀ ਆ ਗਿਆ, ਕਾਈਂਡ ਆਫ ਇੱਕ ਡਾਇਲੋਗ ਇਹਨਾਂ ਦਾ ਅਸੀਂ ਬੋਲ ਵੀ ਨਹੀਂ ਸਕਦੇ। ਉਹਨਾਂ ਨੇ ਪਰ ਆਪਣੀ ਜ਼ਿੰਦਗੀ ਪੜ੍ਹਾਈ ਬਹੁਤ ਪੜ੍ਹਿਆ, ਉਹਨਾਂ ਨੇ ਜ਼ਿੰਦਗੀ ਬਹੁਤ ਪੜ੍ਹੀ ਹੈ। ਤੁਸੀਂ ਮਤਲਬ ਇਹ ਕਹਿ ਸਕਦੇ ਹੋ ਕਿ ਬੰਦਾ ਅਗਰ ਖੁਦ ਲਾਈਫ ਨੂੰ ਅੱਛੀ ਤਰ੍ਹਾਂ ਜੀ ਲਏ ਤਾਂ ਉਹ ਕਰ ਸਕਦਾ ਹੈ। ਹਾਂ, ਪਰ ਜੇ ਹੁਣ ਸਾਡੇ ਕੋਲ ਕੋਈ ਫਰੈਸ਼ਰ ਹੈ, ਆਬਜ਼ਰਵੈਂਸ ਕੰਮ ਕਰਦੀ ਹੈ ਬਹੁਤ ਕੰਮ ਕਰਦੀ ਬਹੁਤ ਬਹੁਤ ਕੰਮ ਕਰਦੀ ਬਹੁਤ ਜ਼ਿਆਦਾ ਕਰਦੀ ਹੈ। ਬਟ ਉਹ ਹੈ ਕਿ ਉਹਨਾਂ ਨੇ ਜ਼ਿੰਦਗੀ ਪੜ੍ਹਨ ਵਾਸਤੇ ਇਹਨਾਂ ਦਾ ਐਕਸਪੀਰੀਅੰਸ ਬਹੁਤ ਜ਼ਿਆਦਾ ਹੈ, ਸਾਡੇ ਲਈ ਉਹਨਾਂ ਐਕਸਪੀਰੀਅੰਸ ਨਹੀਂ ਹੈਗਾ, ਉਮਰ ਵੀ ਮੈਟਰ ਕਰਦੀ ਹੈ। ਪਰ ਜਦੋਂ ਅਸੀਂ ਲਾ ਲਓ ਤੁਸੀਂ ਡਾਕਟਰ ਹੋ, ਤੁਹਾਨੂੰ ਦਿਮਾਗ ਕੁਛ ਕੰਮ ਕਰਨਾ ਹੈ ਨਾ, ਡਾਕਟਰ ਹੋ ਤੁਸੀਂ, ਕਿਸੇ ਦਾ ਹਾਰਟ ਆਪਰੇਸ਼ਨ ਕਰਨਾ ਹੈ, ਤਾਂ ਤੁਸੀਂ ਅਨੁਭਵ ਨਾਲ ਨਹੀਂ, ਤੁਹਾਨੂੰ ਪੜ੍ਹਨਾ ਪਊਗਾ ਚੀਜ਼। ਤੁਸੀਂ ਥੋੜਾ ਜਿਹਾ ਫਿਰ ਵੀ ਮੈਨੂੰ ਡਾਊਟ ਸੀ ਕਿ ਤੁਸੀਂ ਕੀ ਬਣਾਇਆ ਤੁਹਾਨੂੰ ਰਿਸ਼ਤਿਆਂ ਦੀ ਵੀ ਗੱਲ ਹੈ। ਤੇ ਗੋਗਲ ਜੀ ਪਈਆਂ ਦੇ ਚ ਕਿ ਨਹੀਂ ਪਈਆਂ? ਨਹੀਂ ਪਈਆਂ, ਤਾਂ ਫਿਰ ਬਿਨਾਂ ਗੋਗਲ ਦੇ ਦਿਖਾ ਦਿਓ ਦਰਸ਼ਕਾਂ ਨੂੰ, ਤੁਹਾਨੂੰ ਪਹਿਚਾਣ ਹੀ ਨਹੀਂ ਪਾਉਣਾ ਉਹਨਾਂ ਨੇ। ਠੀਕ ਹੈ, ਤੋ ਅਗਲੇ ਵਾਲਾ ਪ੍ਰੋਜੈਕਟ ਕੀ ਹੈ ਤੁਹਾਡਾ? ਅਗਲਾ ਪ੍ਰੋਜੈਕਟ ਥੋੜਾ ਜਿਹਾ ਬਤਾਓਗੇ? ਅਗਲੇ ਪ੍ਰੋਜੈਕਟ ਦੀ ਆਪਾਂ ਗੱਲ ਬਾਅਦ ਚ ਕਰਾਂਗੇ, ਬਾਅਦ ਚ ਕਰਾਂਗੇ ਕਿ ਇਸ ਫਿਲਮ ਦੀ ਗੱਲ, ਇਸ ਫਿਲਮ ਦੀ ਗੱਲ ਹੋਣੀ ਚਾਹੀਦੀ। ਹਾਂ, ਤਾਂ ਮੈਂ ਇਹ ਕਹਿ ਰਿਹਾ ਕਿ ਇਸ ਫਿਲਮ 'ਚ ਨਾ ਤੁਸੀਂ ਟ੍ਰੇਲਰ ਦੇਖਿਆ ਸਾਰਿਆਂ ਨੇ, ਟ੍ਰੇਲਰ ਦੇਖਿਆ, ਬਟ ਫਿਰ ਇਸ 'ਚ ਲਵ ਵੀ ਹੈ, ਇਸ 'ਚ ਲਵੈਂਸ ਵੀ ਹੈ, ਸਾਰਾ ਕੁਛ ਸਾਰਾ ਕੁਛ ਹੈ, ਪਰ ਉਹ ਕਿਵੇਂ ਆਊਗਾ ਉਹ ਤਾਂ ਤੁਹਾਨੂੰ ਜਾਣਾ ਪਊਗਾ। ਚਲੋ ਜੀ, ਠੀਕ ਹੈ ਜੀ, ਥੀਏਟਰਾਂ 'ਚ ਜਾ ਕੇ 23 ਸਤੰਬਰ ਨੂੰ ਅਸੀਂ ਸਾਰੇ ਦੇਖਾਂਗੇ, ਹੁਮ ਹੁਮ ਆ ਕੇ ਪਹੁੰਚਾਂਗੇ ਜੀ, ਭਰ ਕੇ ਦੇਖਾਂਗੇ ਥੀਏਟਰਾਂ ਨੂੰ।
ਕਿਹੜੀ ਕ੍ਰਿਮੀਨਲ ਕਿਉਂਕਿ ਕ੍ਰਿਮੀਨਲ ਨੂੰ ਬਹੁਤ ਟਾਈਮ ਤੋਂ ਅਸੀਂ ਬਹੁਤ ਪਿਆਰ ਦਿੱਤਾ ਹੈਗਾ ਤੁਸੀਂ ਸਾਡੇ ਚੈਨਲ ਦੇ ਉੱਤੇ ਬਹੁਤ ਕੁਝ ਦੇਖ ਚੁੱਕੇ ਦੇ ਬਾਰੇ ਅੱਜ ਤੁਹਾਨੂੰ ਕਰੈਕਟਰਸ ਨਾਲ ਮਿਲਾਤਾ ਹੈਗਾ ਕੱਲ੍ਹ ਨੂੰ ਫਿਲਮ ਦੇ ਬਾਅਦ ਵੀ ਤੁਹਾਨੂੰ ਪਬਲਿਕ ਰਿਵਿਊ ਵੀ ਦਿਖਾਵਾਂਗੇ ਅਸੀਂ ਕਿ ਲੋਕਾਂ ਨੂੰ ਕਿੰਨੀ ਪਸੰਦ ਆਈ ਹੈ ਕਿ ਫਿਲਮ ਬਿਲਕੁਲ ਟਰੂ ਓਨੈਸਟ ਓਪੀਨੀਅਨ ਲਈ ਜੁੜੇ ਰਹਿਣਾ ਐਨਟੀਐਲ ਸਿਨੇਮਾ ਦੇਖਦੇ ਰਹਿਣਾ ਤਦ ਤੱਕ ਲਈ ਮੈਨੂੰ ਸੈਂਡੀ ਚੁਣੇ ਜਾਂਦੇ ਹੋ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਥੈਂਕ ਯੂ 23 ਸਤੰਬਰ ਨੂੰ ਜ਼ਰੂਰ ਜਾਓ ਜ਼ਰੂਰ ਥੀਏਟਰਾਂ ਦੇ ਵਿੱਚ ਜਾ ਕੇ ਦੇਖਣੀ ਹੈ ਲਵ ਯੂ ਆਲ ਲਵ ਯੂ ਆਲ